ਪਰਮਜੀਤ ਕੀ ਹੋਇਆ ਮਸਲਾ ਇਹ ਹੋਣਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਿੰਨੇ ਮੁਲਾਜ਼ਮ ਰੱਖੇ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਇੱਕ ਤਰਫਾ ਕਰੀ ਜਾਂਦੇ ਆ ਜੇ ਕੋਈ ਆਉਂਦਾ ਗੁਰਦੁਆਰਾ ਸਾਹਿਬ ਆਓ ਜੀ ਆਇਆਂ ਨੂੰ ਤਾਂ ਮਤਲਬ ਇਹ ਕਹਿੰਦੇ ਵੀ ਲੋਕਾਂ ਨੂੰ ਮੱਥਾ ਨਹੀਂ ਟੇਕਣ ਦੇਣਾ ਤੁਸੀਂ ਗਲਤ ਸੀ ਇੱਥੇ ਤੁਹਾਡਾ ਕੀ ਹੱਕ ਬਣਦਾ ਇੱਥੇ ਤੁਸੀਂ ਕੀ ਅਦਾ ਕੀਤਾ ਅੱਜ ਮੈਂ ਵੇਖ ਰਿਹਾ ਸੀ ਤੁਸੀਂ ਕੀ ਕੀਤਾ ਪਾਕੇ ਖੜ ਗਏ ਜਿਵੇਂ ਉੱਥੇ ਤੁਹਾਡੀ ਬਾਤ ਸੀ ਤੁਸੀਂ ਟੀ ਨੇ ਕਿਹਾ ਹੋਇਆ ਹੱਦ ਹੋ ਗਈ ਜਿਹੜੇ ਬਾਤ ਨੂੰ ਦੱਸਦਾ ਟੀ ਨੇ ਕਿਹਾ ਹੋਇਆ ਦੱਸੋ ਦਾ ਬਾਤ ਖੋਲੋ ਪਰਮਜੀਤ ਕੀ ਹੋਇਆ ਮਸਲਾ ਇਹ ਹੋਣਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਿੰਨੇ ਮੁਲਾਜ਼ਮ ਰੱਖੇ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਇੱਕ ਤਰਫਾ ਕਰੀ ਜਾਂਦੇ ਆ ਜੇ ਕੋਈ ਆਉਂਦਾ ਗੁਰਦੁਆਰਾ ਸਾਹਿਬ ਆਓ ਜੀ ਆਇਆਂ ਨੂੰ ਤਾਂ ਮਤਲਬ ਇਹ ਕਹਿੰਦੇ ਵੀ ਲੋਕਾਂ ਨੂੰ ਮੱਥਾ ਨਹੀਂ ਟੇਕਣ ਦੇਣਾ ਤੁਸੀਂ ਗਲਤ ਸੀ ਇੱਥੇ ਤੁਹਾਡਾ ਕੀ ਹੱਕ ਬਣਦਾ ਇੱਥੇ ਤੁਸੀਂ ਕੀ ਅਦਾ ਕੀਤਾ ਅੱਜ ਮੈਂ ਵੇਖ ਰਿਹਾ ਸੀ ਤੁਸੀਂ ਕੀ ਕੀਤਾ ਪਾਕੇ ਖੜ ਗਏ ਜਿਵੇਂ ਉੱਥੇ ਤੁਹਾਡੀ ਬਾਤ ਸੀ ਤੁਸੀਂ ਟੀ ਨੇ ਕਿਹਾ ਹੋਇਆ ਹੱਦ ਹੋ ਗਈ ਜਿਹੜੇ ਬਾਤ ਨੂੰ ਦੱਸਦਾ ਟੀ ਨੇ ਕਿਹਾ ਹੋਇਆ ਦੱਸੋ ਦਾ ਬਾਤ ਖੋਲੋ ਪਰਮਜੀਤ ਕੀ ਹੋਇਆ ਮਸਲਾ ਇਹ ਹੋਣਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਿੰਨੇ ਮੁਲਾਜ਼ਮ ਰੱਖੇ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਇੱਕ ਤਰਫਾ ਕਰੀ ਜਾਂਦੇ ਆ ਜੇ ਕੋਈ ਆਉਂਦਾ ਗੁਰਦੁਆਰਾ ਸਾਹਿਬ ਆਓ ਜੀ ਆਇਆਂ ਨੂੰ ਤਾਂ ਮਤਲਬ ਇਹ ਕਹਿੰਦੇ ਵੀ ਲੋਕਾਂ ਨੂੰ ਮੱਥਾ ਨਹੀਂ ਟੇਕਣ ਦੇਣਾ ਤੁਸੀਂ ਗਲਤ ਸੀ ਇੱਥੇ ਤੁਹਾਡਾ ਕੀ ਹੱਕ ਬਣਦਾ ਇੱਥੇ ਤੁਸੀਂ ਕੀ ਅਦਾ ਕੀਤਾ ਅੱਜ ਮੈਂ ਵੇਖ ਰਿਹਾ ਸੀ ਤੁਸੀਂ ਕੀ ਕੀਤਾ ਪਾਕੇ ਖੜ ਗਏ ਜਿਵੇਂ ਉੱਥੇ ਤੁਹਾਡੀ ਬਾਤ ਸੀ ਤੁਸੀਂ ਟੀ ਨੇ ਕਿਹਾ ਹੋਇਆ ਹੱਦ ਹੋ ਗਈ ਜਿਹੜੇ ਬਾਤ ਨੂੰ ਦੱਸਦਾ ਟੀ ਨੇ ਕਿਹਾ ਹੋਇਆ ਦੱਸੋ ਦਾ ਬਾਤ ਖੋਲੋ ਪਰਮਜੀਤ ਕੀ ਹੋਇਆ ਮਸਲਾ ਇਹ ਹੋਣਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਜਿੰਨੇ ਮੁਲਾਜ਼ਮ ਰੱਖੇ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਇੱਕ ਤਰਫਾ ਕਰੀ ਜਾਂਦੇ ਆ ਜੇ ਕੋਈ ਆਉਂਦਾ ਗੁਰਦੁਆਰਾ ਸਾਹਿਬ ਆਓ ਜੀ ਆਇਆਂ ਨੂੰ ਤਾਂ ਮਤਲਬ ਇਹ ਕਹਿੰਦੇ ਵੀ ਲੋਕਾਂ ਨੂੰ ਮੱਥਾ ਨਹੀਂ ਟੇਕਣ ਦੇਣਾ ਤੁਸੀਂ ਗਲਤ ਸੀ ਇੱਥੇ ਤੁਹਾਡਾ ਕੀ ਹੱਕ ਬਣਦਾ ਇੱਥੇ ਤੁਸੀਂ ਕੀ ਅਦਾ ਕੀਤਾ ਅੱਜ ਮੈਂ ਵੇਖ ਰਿਹਾ ਸੀ ਤੁਸੀਂ ਕੀ ਕੀਤਾ ਪਾਕੇ ਖੜ ਗਏ ਜਿਵੇਂ ਉੱਥੇ ਤੁਹਾਡੀ ਬਾਤ ਸੀ ਤੁਸੀਂ ਟੀ ਨੇ ਕਿਹਾ ਹੋਇਆ ਹੱਦ ਹੋ ਗਈ ਜਿਹੜੇ ਬਾਤ ਨੂੰ ਦੱਸਦਾ ਟੀ ਨੇ ਕਿਹਾ ਹੋਇਆ ਦੱਸੋ ਦਾ ਬਾਤ ਖੋਲੋ ਅਸੀਂ ਵੀ ਹੈਗੇ ਆ ਚਾਬੀ ਲਿਆ ਦੱਸਿਆ ਭਾਈ ਸਾਹਿਬ।